ਦਰਅਸਲ ਪੰਜਾਬੀ ਦੀ ਇੱਕ ਅਖਾਣ ਵੀ ਹੈ ਕਿ ਭਾਈ ਤੂੰ ਕਿਹੜਾ ਕੋਠੇ ਤੇ ਗਾਂ ਚੜਾ ਦੇਗਾ, ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਕਹਾਵਤ ਵੀ ਸੱਚ ਹੋ ਗਈ ਹੈ, ਕੋਠੇ ਤੇ ਗਾਂ ਚੜ ਹੀ ਗਈ। ਵੀਡੀਓ ਪਿੰਡ ਵੜਿੰਗ ਤੋਂ ਸਾਹਮਣੇ ਆਈ ਹੈ। ਦਰਅਸਲ ਗਾਵਾਂ ਦੇ ਵਗ ਨਾਲ ਜਾ ਰਹੀ ਇਹ ਗਾਂ ਵਗ ਤੋਂ ਵਿਛੜ ਕੇ ਮਿੱਟੀ ਦੇ ਕੰਧ ਨਾਲ ਲੱਗੇ ਢੇਰ ਦੇ ਸਹਾਰੇ ਇੱਕ ਛੱਤ ਤੇ ਚੜ ਗਈ। ਫਿਰ ਇੱਕ ਛੱਤ ਤੋਂ ਦੂਜੀ ਛੱਤ ਤੇ ਇਸ ਗਾਂ ਨੇ ਖੂਬ ਹੁੜਦੁੰਗ ਮਚਾਇਆ ਅਤੇ ਇੱਕ ਵਾਰ ਤਾਂ ਇਹ ਡਿੱਗਦੀ ਡਿੱਗਦੀ ਵੀ ਬਚੀ।